बड़ा काफी बवाल हो रहा है। मोदी साहब बीच रस्तों मोड़ के करे करे दुश्मन भी आ जाए ना, रोटी पानी खवा के भेज देने। ये तो सारे देश के प्रधानमंत्री ऐसी जी पूरी दुनिया के पंजाबियों की इज्जत से सत्कार बनया हुआ है कि पंजाबी जो कोई उन्होंने घर आया तो जी आया आते हैं तो वो इमेज के उपर धब्बा ला छड़िया कि देश का प्रधानमंत्री आया हो सलूक किया गया जो बहुत ही माड़ा बहुत ही निंदनीय है। आप मानते हैं कि साढ़े तो गलती हुई है। ਤੁਹਾਨੂੰ ਯਾਦ ਕਰਵਾ ਦਿੰਦਾ ਉਸ ਵੇਲੇ ਸ਼ਾਇਦ ਤੁਸੀਂ ਵੀ ਕਾਂਗਰਸ 'ਚ ਸੀਗੇ 2009 ਦੀ ਗੱਲ ਕਰਦਾ ਗੁਜਰਾਤ ਦੇ ਵਿੱਚ ਸੀਐਮ ਉਸ ਵੇਲੇ ਕੌਣ ਸੀ ਨਰਿੰਦਰ ਮੋਦੀ ਅਤੇ ਜੁੱਤੀ ਵਰੀ ਸੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਤੇ ਡਾਕਟਰ ਮਨਮੋਹਨ ਸਿੰਘ 'ਤੇ ਤਾਂ ਇੰਨਾ ਰੋਲਾ ਨਹੀਂ ਪਿਆ ਸੀ ਅੱਜ ਇੰਨਾ ਰੋਲਾ ਦੇਣਾ ਕਿਸੇ ਦੇ ਸ਼ਾਹੀ ਸਿੱਟ ਦੇਣਾ ਜਾਂ ਕੁਝ ਹੋਰ ਕਰਨਾ ਆਮ ਆਦਮੀ ਪਾਰਟੀ ਦਾ ਕਲਚਰ ਹੈ। ਕਿਹਨੇ ਪ੍ਰੋਟੋਕਾਲ ਤੋੜਿਆ ਕਿਹਨੇ ਦਿਖਾਇਆ ਪੰਜਾਬ ਦੀ ਸਰਕਾਰ ਨੇ ਦਿਖਾਇਆ ਉਹਨਾਂ ਦਾ ਫੇਲੀਅਰ ਹੈ। ਇਹ ਸਿਰਫ ਔਰ ਸਿਰਫ ਨੀਵਾਂ ਦਿਖਾਉਣਾ ਚਾਹੁੰਦੇ ਸੀ ਕਿ ਮੋਦੀ ਜੀ ਤੈਨੂੰ ਵੜ ਵੜ ਦਿੱਤਾ ਗਿਆ ਪੰਜਾਬ ਦੇ ਵਿੱਚ, ਪੰਜਾਬ ਦੇ ਲੋਕ ਖਰਾਬ ਕਰਦੇ ਨੇ, ਉਹ ਆਪਦੀ ਸਿਆਸੀ ਮਨਸ਼ਾ ਲੈ ਕੇ ਤੁਰੇ ਸੀਗੇ। ਕਰਨ ਦਿੰਦੇ ਨਾ ਪਤਾ ਲੱਗ ਜਾਂਦਾ ਮੋਦੀ ਜੀ ਕਹਿਣ ਜੋਗਾ ਹੋਇਆ ਮੇਰਾ ਬਲਿਹਾਰੀ ਕੋਈ ਸਰਕਾਰ ਦਾ ਫੇਰੇ ਹਰ ਕੋਈ ਕਹਿ ਰਿਹਾ। ਕੈਪਟਨ ਅਮਰਿੰਦਰ ਸਾਹਿਬ ਉਹਨਾਂ ਨੇ ਕਿਹਾ ਕਿ ਕਰੋੜਾਂ ਦਾ ਨੁਕਸਾਨ ਹੋ ਗਿਆ, ਰੈਲੀ ਕੈਂਸਲ ਹੋ ਗਈ। ਬਿਲਕੁਲ ਹੋਇਆ, ਨੁਕਸਾਨ ਤਾਂ ਹੋਇਆ ਹੀ ਹੈ, ਪੰਜਾਬ ਨੂੰ ਕੁਝ ਦੇ ਨਹੀਂ ਆ ਰਿਹਾ ਸੀ। ਅਨਾਊਂਸਮੈਂਟ ਕੀ ਹੋਣ ਵਾਲੀਆਂ ਸੀ? ਪੰਜਾਬ ਸਰਕਾਰ ਨੇ ਨਾ $20 $1500 ਰੁਪਇਆ ਮਾਫ ਕੀਤਾ ਜਿਹੜੀ ਚੰਨੀ ਜੀ ਦੀ ਸਰਕਾਰ ਹੈ, ਅਤੇ ਨਾ ਐਸੀ ਕੋਈ ਸ਼ਰਤ ਜਿਹੜੀ ਉਹਦੇ ਵੱਡੇ ਭਰਾ ਨੇ ਲਾਈ ਹੋਈ ਨੇ ਨਵਜੋਤ ਸਿੰਘ ਸਿੱਧੂ ਨੇ ਕਿ $20 ਵੀ ਲੈਣੇ ਆ, ਪਾਸਪੋਰਟ ਨਾਲ ਵੀ ਜਾਣਾ, ਪੂਰੀ ਨੋਟੀਫਿਕੇਸ਼ਨ ਦਾ ਭਾਰਤ ਸਰਕਾਰ ਕਰ ਸਕਦੀ ਸੀ, ਮੋਦੀ ਜੀ ਕਰ ਸਕਦੇ ਸੀ, ਇਹ ਸਾਡੀ ਮੰਗ ਸੀ। ਇੱਕ ਗੱਲ ਸਿੱਧੂ ਸਾਹਿਬ ਦੀ ਮੈਨੂੰ ਯਾਦ ਆ ਗਈ, ਲੱਗਦਾ ਮੈਨੂੰ 13-14 ਘੰਟੇ ਹੋਏ ਹੁਣ, ਉਹਨਾਂ ਨੇ ਕਹੀ ਸੀ ਸਟੇਜ 'ਤੇ ਕਿ ਇੱਕ ਗਿਆ ਉੱਥੋਂ ਭੇਡੂ ਲੈ ਕੇ ਆਇਆ, ਦੂਜਾ ਗਿਆ ਉੱਥੋਂ ਸੁਲਤਾਨ ਘੋੜਾ ਲੈ ਕੇ ਆਇਆ ਅਤੇ ਨਾਲ ਕੁਛ ਹੋਰ ਲੈ ਕੇ ਆਇਆ, ਅਤੇ ਜਦ ਮੈਂ ਗਿਆ ਤਾਂ ਮੈਂ ਕਰਤਾਰਪੁਰ ਲਾਂਘਾ ਖੁਲਵਾ ਕੇ ਆਇਆ, ਅਤੇ ਮੋਦੀ ਸਾਹਿਬ ਵੀ ਉਹ ਬਾਰੇ ਵੀ ਉਹ ਫੇਰੀ ਨੂੰ ਬੜੇ ਤੱਤੇ ਹੋ ਕੇ ਦੱਸ ਰਹੇ। ਦੇਖੋ ਨਵਜੋਤ ਸਿੰਘ ਸਿੱਧੂ ਇੱਕ ਨੌਨ ਸੀਰੀਅਸ ਆਦਮੀ ਆ, ਉਹਦੀਆਂ ਗੱਲਾਂ ਨੂੰ ਸੀਰੀਅਸਲੀ ਨਾ ਲਿਆ ਜਾ। ਜਦੋਂ ਤੁਸੀਂ ਕਾਂਗਰਸ 'ਚ ਹੁੰਦੇ ਸੀ ਤਾਂ ਵਧੀਆ ਸੀ। ਮੈਂ ਤਾਂ ਕਦੀ ਉਹਨੂੰ ਨਵਜੋਤ ਸਿੱਧੂ ਨੂੰ ਚੰਗਾ ਨਹੀਂ ਕਿਹਾ, ਅੱਜ ਤੱਕ ਦੀਆਂ ਸਟੇਟਮੈਂਟਾਂ ਦੇਖ ਲਓ, ਅਗਰ ਮੈਂ ਕਿਤੇ ਨਵਜੋਤ ਸਿੱਧੂ ਦੀ ਕੋਈ ਗੱਲ ਤਾਰੀਫ ਕੀਤੀ ਹੋਵੇ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ, ਮੈਂ ਸੁਨੀਲ ਕੁਮਾਰ, ਗੱਲ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੀ, ਜਿਹੜਾ ਕਿ ਕਹਿੰਦੇ ਰੱਦ ਹੋ ਗਿਆ। ਪ੍ਰਧਾਨ ਮੰਤਰੀ ਵਿੱਚ ਰਸਤੋਂ ਵਾਪਸ ਮੁੜ ਗਏ ਅਤੇ ਜਾਂਦੇ ਜਾਂਦੇ ਗੱਲ ਵੱਡੀ ਕਹਿ ਗਏ, ਅਤੇ ਉਸ ਤੋਂ ਬਾਅਦ ਮੋਰਚਾ ਸਾਂਭਿਆ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ। ਉਹਨਾਂ ਦੇ ਪਾਰਟੀ ਦੇ ਬੁਲਾਰੇ ਅਤੇ ਭਾਈਵਾਲ ਕਹਿ ਲਈਏ ਬੀਜੇਪੀ ਦੇ, ਉਹਨਾਂ ਦੇ ਵੀ ਬੁਲਾਰੇ ਮੰਨ ਸਕਦੇ ਹਾਂ, ਅਤੇ ਉਹ ਸਾਡੇ ਨਾਲ ਨੇ ਪ੍ਰੀਤਪਾਲ ਸਿੰਘ। ਪ੍ਰੀਤਪਾਲ ਜੀ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ। ਬੜਾ ਕਾਫੀ ਬਵਾਲ ਹੋ ਰਿਹਾ, ਮੋਦੀ ਸਾਹਿਬ ਵਿੱਚ ਰਸਤੋਂ ਮੁੜ ਗਏ, ਕਾਫੀ ਸੂਬਿਆਂ ਦੇ ਸੀਐਮ ਵੀ ਗਵਰਨਰ ਨੂੰ ਵੀ ਗਿਆਪਨ ਦੇ ਚੁੱਕੇ, ਪ੍ਰਧਾਨ ਮੰਤਰੀ ਜਾ ਕੇ ਰਾਸ਼ਟਰਪਤੀ ਨੂੰ ਮਿਲ ਚੁੱਕੇ। ਜਿਹੜਾ ਸਿਕਿਉਰਿਟੀ ਦੇ ਵਿੱਚ ਹੋਇਆ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਵੱਖ ਵੱਖਰੇ ਤਰੀਕੇ ਨਾਲ ਬੋਲੀਆਂ ਜਾ ਰਹੀਆਂ, ਲੇਕਿਨ ਇੱਕ ਅਹਿਮ ਅਤੇ ਸਭ ਤੋਂ ਵੱਡੀ ਗੱਲ ਇਹ ਪੁੱਛਣਾ ਚਾਹੂੰਗਾ ਕਿ ਅਨਾਊਂਸਮੈਂਟ ਕੀ ਹੋਣ ਵਾਲੀਆਂ ਸੀ? ਬਹੁਤ ਮਾੜਾ ਹੋਇਆ ਜੀ। ਲੋਕਤੰਤਰ ਦੇ ਵਿੱਚ ਆਪਾਂ ਰਹਿੰਦੇ ਹਾਂ, ਹਰੇਕ ਨੂੰ ਗੱਲ ਰੱਖਣ ਦਾ ਅਧਿਕਾਰ ਆ, ਅਤੇ ਜੋ ਪੰਜਾਬ ਅਤੇ ਪੰਜਾਬੀਅਤ ਹੈ ਉਹ ਤਾਂ ਜਿਹੜਾ ਘਰ ਕੋਈ ਦੁਸ਼ਮਣ ਵੀ ਆ ਜਾਵੇ ਨਾ ਉਹਨੂੰ ਰੋਟੀ ਪਾਣੀ ਖਵਾ ਕੇ ਭੇਜਦੇ ਨੇ। ਇਹ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆਏ ਸੀ, ਅਤੇ ਜਿਹੜਾ ਵਿਰੋਧ ਕਰ ਰਹੇ ਸੀ ਉਹਦਾ ਕੋਈ ਕਾਰਨ ਨਹੀਂ ਸੀਗਾ, ਕਿਉਂਕਿ ਬੇਸਿਕਲੀ ਇਹ ਹੈ ਕਿ ਜਦੋਂ ਕਿਸਾਨ ਵਾਪਸ ਆਏ ਨੇ ਉਹਨਾਂ ਦੀ ਮੰਗ ਕੀ ਸੀ? ਕਾਲੇ ਕਾਨੂੰਨ ਰੱਦ, MSP 'ਤੇ ਕਮੇਟੀ, ਠੀਕ ਹੈ, ਪਰਾਲੀ ਵਾਲਾ ਬਿੱਲ, ਅਤੇ ਇੱਕ ਹੋਰ ਮੰਗ ਸੀਗੀ ਉਹਨਾਂ ਦੀ ਜਿਹੜੀ ਸਾਰੀ ਬਿਜਲੀ ਦੇ ਕਾਨੂੰਨ ਦੇ ਉੱਪਰ, ਉਹ ਸਾਰੀਆਂ ਮੰਗ ਲਈਆਂ ਗਈਆਂ ਸੀ, ਅਤੇ ਉਹ ਖੁਸ਼ੀ ਖੁਸ਼ੀ ਘਰ ਆਏ ਨੇ, ਤਾਂ ਹੀ ਮੋਰਚਾ ਚੱਕਿਆ ਗਿਆ ਉੱਥੋਂ, ਮੰਗ ਦਾ ਕੋਈ ਬਚੀ ਨਹੀਂ ਸੀ। ਜੋ ਪ੍ਰਦਰਸ਼ਨ ਹੋ ਰਹੇ ਸੀ ਉਹ ਪੰਜਾਬ ਸਰਕਾਰ ਦੇ ਖਿਲਾਫ ਹੋ ਰਹੇ ਸੀ, ਜਿਹਦੇ 'ਚ ਮੰਗ ਸੀਗੀ 360 ਰੁਪਏ ਗੰਨੇ ਦੇ, ਜੋ ਕੈਪਟਨ ਅਮਰਿੰਦਰ ਸਿੰਘ ਕਰਕੇ ਗਏ ਸੀਗੇ, ਜਿਹੜਾ ਉੱਪਰਲੇ 60 ਰੁਪਏ ਸੀਗੇ ਉਹ ਸਰਕਾਰ ਨੇ ਦੇਣੇ ਸੀ, ਉਹ ਚੰਨੀ ਸਰਕਾਰ ਦੇ ਨਹੀਂ ਰਹੀ। 12-17,000 ਰੁਪਇਆ ਮੁਆਵਜ਼ਾ ਕੀਤਾ ਗਿਆ ਗੁਲਾਬੀ ਸੁੰਡੀ ਵਾਲੇ ਕਿਸਾਨਾਂ ਦਾ, ਉਹ ਮੁਆਵਜ਼ਾ ਉਹਨਾਂ ਨੂੰ ਮਿਲਿਆ ਨਹੀਂ। 1200 ਕਰੋੜ ਰੁਪਏ ਦਾ ਕਰਜ਼ੇ ਦੀ ਕਿਸ਼ਤ, ਜਿਹੜਾ ਕਰਜ਼ਾ ਮਾਫ਼ੀ ਦੀ ਕਿਸ਼ਤ ਕੈਪਟਨ ਅਮਰਿੰਦਰ ਸਿੰਘ ਕਹਿ ਕੇ ਗਏ ਸੀ, ਉਹ ਰਿਲੀਜ਼ ਹਜੇ ਤੱਕ ਨਹੀਂ ਹੋਈ, ਨਹੀਂ ਉਹ 6,000 ਕਰੋੜ ਦੇ ਆਸ ਪਾਸ ਕਰਜ਼ਾ ਮਾਫ਼ ਹੋ ਜਾਣਾ ਸੀ ਕਿਸਾਨਾਂ ਦਾ। ਪ੍ਰਦਰਸ਼ਨ ਤਾਂ ਉਹਨੂੰ ਲੈ ਕੇ ਸੀਗੇ, ਖੁਦਕੁਸ਼ੀਆਂ ਅਤੇ ਨੌਕਰੀ ਅਤੇ ਮੁਆਵਜ਼ਾ ਦੇਣ ਦੀ ਗੱਲ। ਇਹ ਕਹਿਣ ਦਾ ਮਤਲਬ ਮੋਦੀ ਸਾਹਿਬ ਦੇ ਵਿਰੋਧ 'ਚ ਮੋਰਚਾ ਨਹੀਂ ਖੋਲਿਆ ਸੀ ਉੱਥੇ ਕਿਸਾਨਾਂ ਨੇ, ਚੰਨੀ ਸਾਹਿਬ ਦੇ ਵਿਰੋਧ 'ਚ ਦੱਸਦਾ ਪਿਆ ਨਾ ਉਹੀ, ਠੀਕ ਹੈ। ਇਹ ਮੰਗਾਂ ਨੂੰ ਲੈ ਕੇ ਪਿਛਲੇ ਹਫ਼ਤੇ 10 ਦਿਨ ਤੋਂ ਵਿਰੋਧ ਪ੍ਰਦਰਸ਼ਨ ਹੋ ਰਹੇ ਸੀ। ਇਹ ਲੋਕਾਂ ਨੇ ਕੀ ਕੀਤਾ ਕਿ ਮੋਦੀ ਜੀ ਦੀ ਵਿਸ਼ 'ਤੇ ਆ ਰਿਹਾ, ਕੁਝ ਕਾਲੀਆਂ ਭੇਡਾਂ ਵਿੱਚ ਵੜ ਜਾਂਦੀਆਂ ਨੇ,
किसान मैं नहीं कहता किसान भी होणगे विच साडे किसान भोला भाला है उन्हों वगरा लिया गया कुछ कालिया भेडा आम आदमी पार्टी ते कांग्रेस वालिया वर्गियां लखमीरपुर खेड़ी नू लैके प्रदर्शन पंजाब च होना समझ नहीं आता वो यूपी का इशू है पंजाब ना कीता लोकात उहदा जे कुछ करना है तो उत्थे यूपी सरकार नाल गल करो पंजाब की सरकार खिलाफ तुसीं प्रदर्शन करदे हो सिर्फ और सिर्फ डिवर्शन करनी सी कईआं ने उस नू पॉइंट आउट किया जे थोड़ा एजेंडा सी तां उदों ही उठदे उस चीज़ नू लैके ਤਾਂ ਸਿਰਫ ਔਰ ਸਿਰਫ ਖਰਾਬ ਕਰਨਾ ਸੀ ਵਿੱਚ ਘੁਸਪੈਠੀਏ ਵੜੇ ਅਤੇ ਉਹਨਾਂ ਨੇ ਜਿਹੜੀ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੀ ਇੱਜ਼ਤ ਅਤੇ ਸਤਿਕਾਰ ਬਣਿਆ ਹੋਇਆ ਸੀ ਕਿ ਪੰਜਾਬੀ ਜਦੋਂ ਕੋਈ ਉਹਨਾਂ ਦੇ ਘਰ ਆਇਆ ਤਾਂ ਜੀ ਆਇਆਂ ਨੂੰ ਆਖਦੇ ਨੇ ਅਤੇ ਉਹ ਇਮੇਜ ਦੇ ਉੱਪਰ ਧੱਬਾ ਲਾ ਛੱਡਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਹੋਵੇ ਅਤੇ ਉਹਦੇ ਨਾਲ ਇਹ ਸਲੂਕ ਕੀਤਾ ਗਿਆ ਜੋ ਬਹੁਤ ਹੀ ਮਾੜਾ ਬਹੁਤ ਹੀ ਨਿੰਦਣੀ ਹੈ ਅਤੇ ਆਪ ਉਹ ਮੰਨਦੇ ਕਿ ਸਾਡੇ ਤੋਂ ਗਲਤੀ ਹੋਈ ਆ ਅਤੇ ਸਕਿਉਰਿਟੀ ਲੈਬਸ ਦੀ ਜਿੱਥੋਂ ਦਾ ਗੱਲ ਹੈ ਸੁਨੀਲ ਤੁਹਾਨੂੰ ਯਾਦ ਹੋਣਾ ਕਿ ਅੱਗੇ ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਾਂ ਗਵਰਨਰ ਵੀ ਆਉਂਦਾ ਹੁੰਦਾ ਸੀ ਨਾ ਛੱਤਾਂ 'ਤੇ ਪੁਲਿਸ ਖੜ੍ਹੀ ਹੁੰਦੀ ਸੀਗੀ ਚਿੜੀ ਨਹੀਂ ਫਿਰਕਦੀ ਹੁੰਦੀ ਸੀ ਉੱਥੇ ਅਤੇ ਇੱਥੇ ਕਿਵੇਂ ਆ ਗਏ ਪ੍ਰਦਰਸ਼ਨਕਾਰੀ ਕੈਪਟਨ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ ਉਸ ਵੇਲੇ ਸ਼ਾਇਦ ਤੁਸੀਂ ਵੀ ਕਾਂਗਰਸ 'ਤੇ ਸੀਗੇ 2009 ਦੀ ਗੱਲ ਕਰਦਾ ਗੁਜਰਾਤ ਦੇ ਵਿੱਚ ਸੀਐਮ ਉਸ ਵੇਲੇ ਕੌਣ ਸੀ ਨਰਿੰਦਰ ਮੋਦੀ ਅਤੇ ਜੁੱਤੀ ਵਰੀ ਸੀ ਉਸ ਵੇਲੇ ਦੇ ਪ੍ਰਧਾਨ ਮੰਤਰੀ 'ਤੇ ਡਾਕਟਰ ਮਨਮੋਹਨ ਸਿੰਘ 'ਤੇ ਤਾਂ ਇੰਨਾ ਰੌਲਾ ਨਹੀਂ ਪਿਆ ਸੀ ਅੱਜ ਇੰਨਾ ਰੌਲਾ ਕਿਉਂ ਮੈਂ ਪ੍ਰਧਾਨ ਮੰਤਰੀ ਦੇ ਉਹ ਇੰਸੀਡੈਂਟਸਾਂ ਦੀ ਗੱਲ ਹੀ ਨਹੀਂ ਕਰਦਾ ਮੈਂ ਇੱਕ ਗੱਲ ਕਰ ਰਿਹਾ ਕਿ ਜੇ ਉਸ ਵੇਲੇ ਕੋਈ ਇੱਕ ਸ਼ਰਾਰਤਕਾਰੀ ਹੋ ਸਕਦਾ ਸ਼ਰਾਰਤਕਾਰੀ ਤਾਂ ਮੈਂ ਪੀ ਚਿਦੰਬਰਮ ਦੀ ਗੱਲ ਕਰ ਸਕਦਾ ਕਿਉਂਕਿ ਇਹ ਚੀਜ਼ਾਂ ਆਮ ਆਦਮੀ ਪਾਰਟੀ ਲੈ ਕੇ ਆਈ ਹੈ ਜਦੋਂ ਦੀ ਉਹ ਆਈ ਹੈ ਕਿਸੇ ਦੇ ਜੁੱਤੀ ਸਿੱਟ ਦੇਣਾ ਕਿਸੇ ਦੇ ਸ਼ਾਹੀ ਸਿੱਟ ਦੇਣਾ ਜਾਂ ਕੁਝ ਹੋਰ ਕਰਨਾ ਆਮ ਆਦਮੀ ਪਾਰਟੀ ਦਾ ਕਲਚਰ ਹੈ ਇਹ ਉੱਥੋਂ ਉੱਠੀਆਂ ਨੇ ਮੈਂ ਇੱਕ ਗੱਲ ਕਹਿ ਰਿਹਾ ਇੱਥੇ ਆਇਆ 400-500 ਆਦਮੀ ਜਿੱਦਾਂ ਦੇ ਵਿੱਚ ਕਿਸਾਨ ਵੀ ਸੀਗੇ ਕੁਛ ਅਤੇ ਕੁਝ ਘੁਸਪੈਠੀਏ ਸੀਗੇ ਜਿਹੜੇ ਉਹਨਾਂ ਨੂੰ ਵਗਰਾ ਕੇ ਲੈ ਕੇ ਆਏ ਆ ਜੇ ਕੈਪਟਨ ਅਮਰਿੰਦਰ ਸਿੰਘ ਅੱਧੇ ਘੰਟੇ ਪਹਿਲਾਂ ਉਸੇ ਰੂਟ ਤੋਂ ਬਿਨਾਂ ਕਿਸੇ ਪ੍ਰਦਰਸ਼ਨਕਾਰੀ ਨੂੰ ਦੇਖੇ ਹੋਏ ਕੇਂਦਰੀ ਮੰਤਰੀ ਉੱਥੋਂ ਲੰਘ ਸਕਦੇ ਨੇ ਤਾਂ ਅੱਧੇ ਘੰਟੇ ਪਰ ਪ੍ਰਧਾਨ ਮੰਤਰੀ ਲਈ ਇੰਨਾ ਭੀੜ ਕਿੱਥੋਂ ਆ ਗਈ ਰੋਕਣ ਦੇ ਲਈ ਕਿਤੇ ਨਾ ਕਿਤੇ ਤਾਂ ਸਾਜਿਸ਼ ਹੈ ਨਾ ਲੋਕ ਕਹਿੰਦੇ ਉੱਥੇ ਕੁਰਸੀਆਂ ਖਾਲੀਆਂ ਸੀ ਜਾਂ ਬਾਕੀ ਚੀਜ਼ਾਂ ਵੀ ਚਲੋ ਮੌਸਮ ਸਾਥ ਨਹੀਂ ਦਿੱਤਾ ਬੰਦੇ ਨਹੀਂ ਹਜੇ ਪਿੱਛੇ ਆ ਰਹੇ ਸੀ ਗੱਡੀਆਂ ਰੋਕੀਆਂ ਗਈਆਂ ਬਾਕੀ ਚੀਜ਼ਾਂ ਕੀਤੀਆਂ ਗਈਆਂ ਜਾਣ ਦਿੰਦੇ ਪ੍ਰਧਾਨ ਮੰਤਰੀ ਨੂੰ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦੇ ਵੱਡੀ ਖਰਬਰ ਬਣ ਗਈ ਪ੍ਰਧਾਨ ਮੰਤਰੀ ਨੂੰ ਪੰਜਾਬ ਨੇ ਨਹੀਂ ਚਾਹਿਆ ਕਿਉਂ ਰੋਕਿਆ ਗਿਆ ਉਹ ਇੱਕ ਪੁਲ ਸੀਗਾ ਪੁਲ ਦੇ ਥੱਲੇ ਕੁਝ ਲਾਇਆ ਹੁੰਦਾ ਕੁਝ ਕੀਤਾ ਹੁੰਦਾ ਉਹ ਪੁਲ ਟੁੱਟ ਜਾਂਦਾ ਕੀ ਪੰਜਾਬ ਦੇ ਮੱਥੇ 'ਤੇ ਕਿੱਡਾ ਵੱਡਾ ਕਲੰਕ ਲੱਗਣਾ ਸੀ ਆਪਾਂ ਨੂੰ 80 ਦਾ ਦੌਰ ਯਾਦ ਹੈ ਉਦੋਂ ਵੀ ਇਹ ਘਟਨਾਵਾਂ ਕਰਕੇ ਕਾਂਗਰਸ ਪਾਰਟੀ ਨੇ ਕੀ ਖੇਡ ਖੇਡੀਆਂ ਅਤੇ ਅੱਜ ਵੀ ਉਹੀ ਕਾਂਗਰਸ ਪਾਰਟੀ ਸੀ ਕੀ ਉਹ ਹਿੰਦੂ ਸਿੱਖ ਦੇ ਵਿੱਚ ਡਿਵਾਈਡੇਸ਼ਨ ਪਾਉਣਾ ਚਾਹੁੰਦੀ ਸੀ ਜਿਹਦਾ ਇੱਕ ਸਾਡੇ ਲੋਕਾਂ ਨੇ ਸਾਡੇ ਪ੍ਰਧਾਨ ਮੰਤਰੀ ਨੇ ਵਾਪਸ ਮੁੜ ਕੇ ਇੱਕ ਬਹੁਤ ਵੱਡਾ ਸਬੂਤ ਦਿੱਤਾ ਹੈ ਕਿ ਉਹ ਪੰਜਾਬ ਅਤੇ ਪੰਜਾਬੀਅਤ ਨਾਲ ਖੜ੍ਹੇ ਨੇ ਮੈਂ ਇੱਕ ਗੱਲ ਕਹਿੰਦਾ ਸੁਨੀਲ ਜੀ ਮਾਹੌਲ ਐਸਾ ਬਣ ਗਿਆ ਸੀ ਕਿ ਐਸ ਪੀ ਜੀ ਅਤੇ ਬਾਕੀ ਲੋਕ ਅਗਰ ਕੋਈ ਅੱਗੇ ਆ ਜਾਂਦੇ ਪ੍ਰਦਰਸ਼ਨਕਾਰੀ ਉਹਨਾਂ ਤੋਂ 10 ਫੁੱਟ ਦੀ ਦੂਰੀ 'ਤੇ ਸੀਗੇ ਜਿਵੇਂ 2015 ਦੇ ਵਿੱਚ ਘਟਨਾਵਾਂ ਵਾਪਰੀਆਂ ਬੇਅਦਬੀ ਦੇ ਬਾਅਦ ਕੋਈ ਪੂਰਾ ਗੋਲੀਕਾਂਡ ਹੋਇਆ ਅਗਰ ਵੈਸਾ ਕੋਈ ਗੋਲੀਕਾਂਡ ਹੋ ਜਾਂਦਾ ਕਿੰਨੀ ਅੱਗ ਲੱਗਦੀ ਪੰਜਾਬ ਦੇ ਵਿੱਚ ਕਲੈਸ਼ ਹੋਇਆ ਨਾ ਜਿਹੜੇ ਬੀਜੇਪੀ ਦੇ ਵਰਕਰ ਜਾ ਰਹੇ ਸੀ ਜਾਂ ਜਿਹੜੇ ਉੱਥੇ ਕਿਸਾਨ ਸਾਡੇ ਭਰਾ ਖੜ੍ਹੇ ਸੀਗੇ ਜਿਨ੍ਹਾਂ ਨੂੰ ਵਗਰਲਾ ਕੇ ਲੈ ਕੇ ਗਏ ਸੀ ਉਹ ਕਲੈਸ਼ ਹੁੰਦਾ ਕਿਸੇ ਦੀ ਜਾਨ ਜਾਂਦੀ ਤਾਂ ਕਿਹਦੇ ਮੱਥੇ ਕਲੰਕ ਲੱਗਦਾ ਉਹਨਾਂ ਨੇ ਕਹਿੰਦਾ ਸੀ ਮੋਦੀ ਜੀ ਆਏ ਸੀਗੇ ਅਤੇ ਇੱਥੇ ਕਤਲੇਆਮ ਹੋ ਗਿਆ ਗੋਲੀ ਚੱਲ ਗਈ ਉਹੀ ਫਾਇਦਾ ਜਿਹੜਾ 2015 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਲੈਣਾ ਚਾਹੁੰਦੀ ਸੀਗੀ ਉਹ ਚੀਜ਼ ਦੁਬਾਰਾ ਕਰਾਉਣਾ ਚਾਹੁੰਦੀ ਸੀ ਇੱਥੇ ਪਰ ਮੈਂ ਪ੍ਰਧਾਨ ਮੰਤਰੀ ਦੀ ਸੂਝਬੂਝ ਨੂੰ ਦਾਦ ਦਊਂਗਾ ਕਿ ਉਹ ਵਾਪਸ ਚਲੇ ਗਏ ਅਤੇ ਇੱਕ ਸੁਨੇਹਾ ਦੇ ਗਏ ਕਿ ਮੈਂ ਜਿੰਦਾ ਜਾ ਰਹਾ ਹਾਂ ਕਿੱਡੀ ਸ਼ਰਮ ਦੀ ਗੱਲ ਆ ਪੰਜਾਬ ਦੀ ਸਰਕਾਰ ਦੇ ਲਈ ਕਾਂਗਰਸ ਵਾਲੇ ਜਾਂ ਹੋਰ ਵੀ ਮੈਂ ਗੱਲਾਂ ਕਹਾਂਗਾ ਕਾਂਗਰਸ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਥੋੜ੍ਹੀ ਕੁ ਦੇਰ ਹੋਈ ਆ ਜੇ ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਦਿੱਲੀ ਜਾਂ ਯੂਪੀ ਜਾਂਦੇ ਨੇ ਤਾਂ ਯੋਗੀ ਸਾਹਿਬ ਦੇ ਜਾਂ ਉੱਥੇ ਤਾਂ ਨਹੀਂ ਕਹਿ ਕੇ ਆਉਂਦੇ ਕਿ ਜੀ ਮੈਂ ਜਿੰਦਾ ਜਾ ਰਿਹਾ ਪ੍ਰਦਰਸ਼ਨ ਉੱਥੇ ਹੋਏ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਪ੍ਰਧਾਨ ਮੰਤਰੀ ਖੜ੍ਹਾ ਰਿਹਾ ਨਹੀਂ ਪ੍ਰਦਰਸ਼ਨ ਤਾਂ ਹੋਏ ਨੇ ਹੁੰਦੇ ਨੇ ਮੈਂ ਕਹਿੰਦਾ ਕਿ ਵਿਰੋਧ ਹੁੰਦਾ ਕਾਲੀਆਂ ਝੰਡੀਆਂ ਵੀ ਦਿਖਾਈ ਜਾਂਦੀਆਂ ਕਿਤੇ ਕਾਫਲਾ ਨਹੀਂ ਰੁਕਿਆ ਸਮਝੋ ਗੱਲ ਇੱਕ 20 ਮਿੰਟ ਕਾਫਲਾ ਰੁਕਣਾ ਇੱਕ ਸੇਫ ਪੈਸੇਜ ਹੁੰਦਾ ਅਗਰ ਕੱਲ੍ਹ ਨੂੰ ਕਿਤੇ ਮੋਦੀ ਜੀ ਜਾਂ ਜੋ ਬਾਈਡਨ ਇੱਥੇ ਆ ਜਾਵੇ ਉਹਦਾ ਵੀ ਵਿਰੋਧ ਹੋ ਸਕਦਾ ਜਾਂ ਬਾਕੀ ਚੀਜ਼ਾਂ ਉਹਦਾ ਫ੍ਰੀ ਪੈਸੇਜ ਦਿੱਤਾ ਜਾਂਦਾ ਨਾ ਉਹਨਾਂ ਨੂੰ ਐਂ ਤਾਂ ਉੱਥੇ ਅਮੈਰੀਕਾ 'ਚ ਵੀ ਵਿਰੋਧ ਹੋ ਰਿਹਾ ਸੀ ਮੋਦੀ ਜੀ ਦਾ ਉੱਥੇ ਵੀ ਫ੍ਰੀ ਪੈਸੇਜ ਅਮੈਰੀਕਨ ਗੌਰਮੈਂਟ ਨੇ ਦਿੱਤਾ ਜੇ ਬਾਈ ਚਾਂਸ ਉੱਥੇ ਆ ਜਾਂਦੇ ਤਾਂ ਉਹ ਅਮੈਰੀਕਨ ਗੌਰਮੈਂਟ 'ਤੇ ਸਵਾਲ ਖੜ੍ਹੇ ਕਰਨੇ ਸੀ ਅੱਜ ਇੱਥੇ ਪੰਜਾਬ ਸਰਕਾਰ ਹੈ ਜਿਹੜੀ ਕਹਿੰਦੀ ਹੈ ਕਿ 10,000 ਪੁਲਿਸ ਮੁਲਾਜ਼ਮ ਲਾਏ ਹੋਏ ਸੀ 5 ਜ਼ਿਲ੍ਹਿਆਂ ਦੇ SSP ਲਾਏ ਹੋਏ ਸੀ IG ਲਾਇਆ ਸੀ ADGP ਲਾਇਆ ਸੀ DGP ਦੀ ਗੱਡੀ ਖਾਲੀ ਨਾਲ ਚੱਲਦੀ ਪਈ ਸੀ ਅਤੇ ਜੇ 10,000 ਪੁਲਿਸ ਮੁਲਾਜ਼ਮ
चार पाँच सौ बंदा साइड नहीं कर सकते, तो देश का प्रधानमंत्री जिदे थले 6 लाख फौज है तो 10 लाख बाकी सिक्योरिटी फोर्सिस ने, जे आपां यह जे वरतीरा करांगे रोसे थोड़े नाल बहुत लोगों के हो सकते हैं। विरोधी तो यह भी कह रहे हैं कि सियासी स्टंट से भीड़ उत्थे पहुंची नहीं, वर्कर उत्थे पहुंचे नहीं, इस करके मोदी साहब वापस मुड़ गए। तुसीं कहना चाहते हो कि किसान मोदी जी ने भेजे सी? नहीं, गल कही नहीं। मैं एक गल सुनो, किसान मोदी जी ने भेजे सी, पुलिस मोदी जी ने लाई सी, यह तो पंजाब पुलिस सी ना, तो पंजाब के किसान सके। तो चन्नी जी कहें मैं आपके किसानों से लाठी नहीं चला सकता, गोली नहीं चला सकता, पासे नहीं कर सकता, तो वो मोदी जी की साजिश किवें हो गई? मैं तो कहना जान देंदे 70 बंदे नहीं सी कहते, यह बंदे कहते पहुंचे नहीं, तो मोदी साहब आ रहे थे। छोड़ो, मोदी जी ऑन द वे सी, गड्डी च सी, 30 किलोमीटर दूर सी, इन्ने फासला रह गया सी। ठीक है, जे वह उतों जहाज चढ़ के लैंड कर सकता बठिंडे, बठिंडे बाई रोड एक जोश दे वे सी के मैं जा रहा, 70 सी, 700 सी, 7000 सी, कोई नहीं सी, खाली कुर्सियां नूं संबोधन करता। ये न्यूज़ ना बनती। ठीक है, ये न्यूज़ किने बनाई, किने प्रोटोकॉल तोड़िया, किने दिखाया? वो पंजाब की सरकार ने दिखाया, उन्हां दा फेलियर है। ये सिर्फ और सिर्फ नीवा दिखाना चाहते सी कि मोदी जी तेनू वड़न नहीं दिता गया पंजाब दे विच, पंजाब दे लोग खराब करते ने, वो आपकी सियासी मंशा लैके तुरे सीगे, करन दिंदे ना, पता लग जाता। मोदी जी भी कहन जोगा हो जाता कि मेरा पल्ले है नहीं कुछ। नहीं, सरकार का फेलियर हर कोई कह रहा, तो मनिया कि सरकार का फेलियर हो सकता, पर चन्नी साहब कह रहे हैं प्रधानमंत्री साहब न कुछ होंगे। उन्होंने पिछले कल बयान दिता अपनी एक रैली दे विच कि वो पूरे मुल्क का अपना प्रधानमंत्री है नरेंद्र मोदी जिहड़ा, जेकर उन्होंने कोई गोली मारदा तो पहला मेरी छाती होएगी, ये गल उन्होंने कही आ। कैप्टन अमरिंदर साहब ने उत्थे मोर्चा सांभिया, कल समाणे पहुंचे कैप्टन अमरिंदर साहब, उन्होंने कहा कि करोड़ों का नुकसान हो गया, रैली कैंसल हो गई। तो बिल्कुल होया, नुकसान तो होया ही है, पंजाब नूं कुछ दे नहीं आ रहा सी ना। प्रधानमंत्री जे कित भी जाता है, कोई रैली संबोधन कर जाता है, कुछ पंजाब नूं दाता ही देन आ रहा है। जे आप कह रहे हैं 42,700 करोड़ के प्रोजैक्टा का उद्घाटन ही कर आ रहा है, पंजाब नूं कुछ मिलना ही सी, उहदे नाल 3 हॉस्पिटल मिल रहे थे पंजाब नूं, की गलत कर आ रहा है वह? नहीं तो हुण वो प्रोजैक्ट आउणगे या देरी लगेगी? मैं एक बेनती करदा, प्रोजैक्ट तो आउणगे, ये तो ऑन रिकॉर्ड सके। जम्मू कटरा हाईवे किनू फायदा होना सी, रेल लिंक बनना सी हुशियारपुर के लोगों को, फ्रेट कोरीडोर बनना सी, किनू फायदा होना सी, पंजाबियों होना सी। जो बंदा कुछ देन आता हो, पंजाब की कुछ इकोनमी बूस्ट करना हो, आपां नूं स्वागत करना चाहिए सी, विरोध करना चाहिए सी। मैनूं जितों तक पता है कि कैप्टन अमरिंदर सिंह की मंग सी क्रॉप डाइवर्सिफिकेशन लैके, जिहड़ा पानी साडा ग्राउंड लैवल ते सुकदा जांदा वा, कि उहदे लई असीं झोने दे बदलवें प्रबंध करिए, उहदे लई असीं पैकेज की मंग कीती सी कि साडी जिहड़ियां दालां या होर चीज़ां ने उह MSP ते भारत सरकार खरीदे, जिवें झोने नूं खरीदे कि लोकां नूं बदल मिले, इह वी ऐलान सी। इहदे विच इहदा नुकसान किहनूं होया? किसान भाईचारे नूं होया ना, वो ऐलान तो बाकी चीज़ा पिछे हट गई। एक गल चल पी कि उत्थे पंजाब दे लोकां ने किसानां ने विरोध करता जी, फलान हो गया, हरेक दा दिल दुखदा। सुनील, अगर तुसी भी किते जा रहे हो, किसी रिश्तेदार कोल ही जा रहे हो, उन्हूं गिफ्ट लैके जाते हो, तो घर के बाहर खड़ा होके बच जा गालां कढ़न लग जाए तो थोड़ा दिल दुखूगा, वापस ही लै जाओगे समान या उहदे घर दे बूहे अगे सुट के आ जाओगे, यही करोगे ना? तो ये चीज़ वो कुछ लोगों ने करके दिखाती। 3 करोड़ पंजाबियों नूं सुगात मिलने वाली सी, मेरे किसान भरावां नूं मिलने वाली सी। मैनूं यह पता है कि जे कलू पानी ना रहा, जिन्हूं गुरु साहब ने पवन गुरु पानी पिता पिता का दर्जा दिता है, उन्हूं बचाना भी साडा काम है ना, साडियां नस्लां नूं बचाना साडा काम है ना। जे फसल की नस्ल की लड़ाई असी बॉर्डरां ते लड़के आए हैं, अज साडी फसल नूं दूजे चीज तरीके नाल, जे झोने तों साडा छुटकारा हुंदा सी, साडी MSP ते दालां खरीदियां जाण वाला पैकेज कुछ ऐसा मिलने वाला सी, तां फायदा किसान नूं होना सी, वो प्रधानमंत्री नूं तां कोई नहीं होना सी, वो BJP नूं कोई नहीं होना सी, वो पूरे पंजाब नूं फायदा होना सी, वो किसे नाल भी संबंध रख सकदा। जे कैप्टन अमरिंदर सिंह ने कर्जा माफ़ी की, चाहे 5,000 करोड़ की कीती, फायदा किनू होना सी? उस नहीं देखा गया भाई भतीजावाद कि वह कांग्रेस ही है, वह अकाली है या किसी होर पार्टी ने संबंध रखता है? ठीक है ना, उवें वह पूरे पंजाब के किसानों लिए एक राहत। अनाउंसमेंटा की होने वाली सी, मोटा मोटा आइडिया कोई? देखो मैनू नहीं पता, मैं प्रधानमंत्री की आके अनाउंस कर दे, पर मैं एक गल का बड़ी वड्डी चीज़ सी, उस करतारपुर कोरीडोर नूं लैके कैप्टन अमरिंदर सिंह ने उहदे बारे एक हिंट भी दिता सीगा एक दिन पहला उदों, कि जिहड़ा करतारपुर कोरीडोर है उत्थे जिहड़ी पाकिस्तान की सरकार है वो साढ़े सिखां तों ते जिहड़ा भी गुरु नानक नाम लेवा उत्थे जांदा है उर तों $20 मतलब कि 1500 दे आस पास जजिया टैक्स लैंदी है। जजिया टैक्स इस करके कह रहे हैं कि जदों मुगलां दीआं सरकारां सी इत्थे, मुगल राज सीगा,
कोई आपदा बंदा या हिंदू सिख भाईचारे तो कोई भी संबंध रखता सी जिहदा गुरु नानक पातशाह ने विरोध किया सी उहदे तो पैसे ले जाते सी कि तू आपदे धर्म की किते तीर्थ यात्रा ते चलिया तो उहदे पैसे देखे जाने पैंदे सी। एक टैक्स लाया गया सीगा जिहड़ा अकबर ने विड्रॉ किया सीगा वो दोबारा फिर लग गया सीगा। वैसा जजिया टैक्स पाकिस्तान ने खुले दर्शन ददारियां दी साडी अरदास है करतारपुर कोरीडोर खोलिया उन्हां दा स्वागत है धन्नवादियां असीं उस गल दे नाल दी नाल एक गुलामी दी एक उन्हां दे राजतंत्र दी निशानी भी लाई कि 1500 रुपया दोंगे ते तां तुसीं गुरु साहिब दे दर्शन कर पाओगे ते कैप्टन अमरिंदर सिंह दी सरकार वेले ओह 1500 रुपया कैप्टन अमरिंदर सिंह ने ऐलान करता सी जिहदा हवाला दित्ता गया क्योंकि कोविड करके कोरीडोर बंद हो गया सी इंप्लीमेंट प्रॉपर हो नहीं सकिया जिहड़ा फैसला पंजाब सरकार कर चुकी सी कि वह पैसा पंजाब की सरकार दे कि साडे सिखां नूं साडे नानक नाम लेवा संगत नूं साडे दूजे भाईचारे नूं यह महसूस ना होवे कि वह जजिया टैक्स दे के आपदे गुरु साहब के दर्शन कर जा रहे हैं करतारपुर कोरीडोर जा रहे हैं करतारपुर साहब के दर्शन कर जा रहे हैं। वो कैप्टन अमरिंदर सिंह की सरकार खत्म कर गई सी ते कह गई सी कि असी आपदे जेबों देवांगे वो फैसले का भी ऐलान उत्थे हो सकता सीगा ते नाल दी नाल एक होर मंग रखी सी असी जिवें मे बी थोड़े कोल पासवर्ड हो सकदा मेरे कोल पासवर्ड हो सकदा वा पर पंजाब दे विच ते कई लोकां कोल गरीबां कोल पासपोर्ट नहीं हैगा पासपोर्ट नहीं रखते कई लोगों को यह भी शंका होंगी कि पाकिस्तान के वीज़े की मोहर लग गई या पाकिस्तान चले गए कोई स्टैंप लग गई साडा किवें कनेडा अमेरिका या बाकी जगह का वीज़ा नहीं लग पाता लोगों को शंक की निगाह देखते हैं 6 महीने की ट्रैवल हिस्ट्री देखते हैं कि तुम गए हुए हो बाहर कितने ये गल तो नहीं तुम पाकिस्तान होके आए हो क्योंकि पाकिस्तान एक अतवादी मुल्क भी है जिदे करके वीज़े डिनाए हो जाते हैं। असी यह मंग रखी हुई सी कि आधार कार्ड कर दिता जाए आधार कार्ड हरेक हिंदुस्तानी कोल है उहदी आइडेंटिटी प्रूफ है बायोमैट्रिक को कहिंदे असीं चैक करने हुंदे आ बायोमैट्रिक उहदे च सीगे ते उहदा भी ऐलान उत्थे हो सकदा सी कि आधार कार्ड दे नाल पाकिस्तान जाया जाए जिहदे नाल कोई वीज़े की लोड़ ना पवे या कोई ऐसी स्टैंपिंग ना होवे लोकां दे दिलां च दर्द ना होवे ते फिर खुले दर्शन ददारियां दा जिहड़ी अरदास सी उह पूरन होण लगी सीगी ते उह पूरन देश दी सरकार कर सकदी है। पंजाब सरकार ने ना वो $20 1500 रुपया माफ़ किया जी चन्नी जी की सरकार है तो ना ऐसी कोई शर्त जी वे भरा ने लाई हुई ने नवजोत सिंह सिद्धू ने कि $20 भी लेने हैं पासपोर्ट ना भी जाना और नोटिफिकेशन का भारत सरकार कर सकती सी मोदी जी कर सकते ये साड़ी मंग सी ये मंग सी एक बहुत वड्डी मंग है सुनील ये तुसी आप सोच के देखो जो मैं टेंशन फ्री होव आप दरबार साहब जाने ठीक है आप बस से जाना हो 200 रुपया लगता है किराया दे देंगे कोई चक्कर नहीं है ट्रेन से चढ़ के चलेंगे किसी वेले भी जा सकते हैं ना इतने पहला पासपोर्ट चाहिए फिर 1500 रुपया जेब च उत्थे उन्होंने टैक्स देने जजिया देने देना पैना है तो खर्चा करके बंदा सोचता यार कि कोई 19-21 ना हो गए बाकी चीज़ा ना हो जाए कोई सरकारी एजेंसियां मेरे ते अख ना रख लग जाए वो जे फ्री हो जाता वो जान मिल जाता सिख संगत ते जिहड़ा गुरु नानक पातशाह नूं मानदे उन्हां दे उपाशक ने 3 करोड़ पंजाबी इत्थे ते बाकी बाहरले इत्थे बाकी हिंदुस्तान दे विच वसदे आ एक खुले दर्शन ददारियां दी अरदास पूरी हुंदी सी। कैप्टन अमरिंदर सिंह दी इह सोच है क्योंकि उन्हां दे परिवार ने ही करतारपुर साहब दे गुरद्वारा साहब दी सेवा भी कीती सी उन्हां दे परिवार ने बनाया सी वो फिर चीज़ तां कैप्टन अमरिंदर सिंह दी सी। मैनूं एक चीज़ दा पता है कि बहुत वड्डा ऐलान सी सिख कौम दे लई जिहड़ा साडे कुछ शरारतियां ने किसानां नूं अगे ला के पंजाब दा ते सिखां दा नुकसान बहुत ज़्यादा कीता है जिहदे नाल मैनूं लगदा कि मैनूं तां बहुत दुख होया कि प्रधानमंत्री आ जांदा ते ए चीज़ पूरी हो जांदी तां वड्डी गल हुंदी। नहीं तां सिद्धू साहब दा तुसीं जिक्र कीता ते करतारपुर लांघे दा भी एक गल सिद्धू साहब दी मैनूं याद आ गई लगदा मैनूं 13-14 घंटे होए हुण उन्हां ने कही सी इक स्टेज ते कि एक गया उत्थों भेडू लै के आया दूजा गया उत्थों सुल्तान घोड़ा लै के आया ते नाल कुछ होर लै के आया तो जब मैं गया तो मैं करतारपुर लांघा खुलवा के आया तो मोदी साहब भी बारे भी वो फेरी नूं बड़े तत्ते होकर दस रहे ने। देखो नवजोत सिंह सिद्धू एक नॉन सीरीयस आदमी है उहदियां गल्लां नूं सीरीयसली ना लिया जाए जदों तुसीं कांग्रेस 'च हुंदे सी तां वधिया सी। मैं तां कदी उहनूं नवजोत सिद्धू नूं चंगा नहीं किया अज तक दीआं स्टेटमेंटां देख लो अगर मैं कितने नवजोत सिद्धू की कोई गल तारीफ की हो जरूर यह तारीफ की सी कि तू उत्थे गया तो करतारपुर साहब का अगर तेरी दोस्ती करके कोई बेनीफिट मिले गलबात तो रही है तेनों कंग्रेचुलेशन पर उ नवजोत सिंह सिद्धू 295 ए दोषी बेअदबी के दोषी
ਕਹਿੰਦਾ ਫਾਂਸੀ 'ਤੇ ਤੰਗ ਦਿਓ ਮਲੇਰਕੋਟਲਾ ਰੈਲੀ 'ਤੇ, ਸ਼ਰੇਆਮ ਫਾਂਸੀ ਦੇ ਦਿਓ। ਜਦੋਂ ਹਫ਼ਤੇ ਕੁ ਬਾਅਦ ਇੱਥੇ ਇੱਕ ਢਾਬੇ ਵਾਲਾ ਜਿਹਨੇ ਗੁਰਬਾਣੀ ਦੀਆਂ ਤੁਕਾਂ 'ਤੇ ਡਾਂਸ ਕਰਵਾਏ ਸੀ ਬੀਬੀਆਂ ਤੋਂ, ਅਤੇ ਉਹਦੇ ਨਾਲ ਬੈਠ ਕੇ ਰੋਟੀ ਖਾਂਦਾ, ਉਹਦੇ ਮੂੰਹ 'ਚ ਬੁਰਕੀਆਂ ਪਾਉਂਦਾ, ਉਹਨੂੰ ਛੋਟਾ ਭਾਈ ਆਖਦਾ, ਸਿਰ ਜੋੜ ਕੇ ਜੱਫੀਆਂ ਪਾ ਕੇ ਫੋਟੋਆਂ ਖਿਚਾਉਂਦਾ। ਅਤੇ ਫਿਰ ਮੈਨੂੰ ਸਮਝ ਨਹੀਂ ਆ ਰਹੀ ਉਹ ਦੋਹਰੇ ਕਿਰਦਾਰ ਵਾਲੇ ਜਿਹੜਾ ਦੋ ਮੂੰਹਾਂ ਸੱਪ ਹੁੰਦਾ ਨਾ, ਉਹ ਸੱਪ ਤੋਂ ਵੀ ਮਾੜਾ ਹੈ। ਚਲੋ ਇੱਕ ਅਹਿਮ ਅਤੇ ਅੰਤਿਮ ਸਵਾਲ ਲਾਊਂਗਾ, ਅਤੇ ਤੁਹਾਡੀ ਗੱਲ ਵੀ ਵਿੱਚ ਰਹਿ ਗਈ, ਉਹ ਵੀ ਪੂਰੀ ਕਰ ਲਿਓ। ਅਤੇ 1975 ਵਾਲੇ ਹਾਲਾਤ ਕੀ ਬਣ ਰਹੇ ਨੇ ਮੁੜ ਪੰਜਾਬ 'ਚ, ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਵਾਪਸ ਗਏ, ਜਾਂ ਜੋ ਰਾਜਨੀਤੀ ਸੂਬੇ ਦੀ ਜਾਂ ਮੁਲਕ ਦੇ ਵਿੱਚ ਚੱਲ ਰਹੀ ਹੈ? ਦੇਖੋ ਮੈਂ ਨਹੀਂ ਕਹਿੰਦਾ ਕਿ ਕੀ ਹੋਊਗਾ ਕੀ ਨਹੀਂ ਹੋਊਗਾ, ਇਹ ਤਾਂ ਆਉਣ ਵਾਲੇ ਦਿਨ ਦੱਸਣਗੇ। ਪਰ ਪੰਜਾਬ ਦੇ ਉੱਪਰ ਜਿਵੇਂ ਆਹ ਕਾਲੀਆਂ ਘਟਾਵਾਂ ਛਾਈਆਂ ਹੋਈਆਂ, ਇਹ ਮੌਸਮ ਖਰਾਬ, ਇਹ ਦੱਸਦਾ ਕਿ ਪੰਜਾਬ ਦਾ ਜਿਹੜਾ ਮੌਸਮ ਆ ਉਹ ਖਰਾਬ ਹੈ। ਕਿਉਂਕਿ ਮੈਂ ਇੱਕ ਗੱਲ ਕਹੂੰਗਾ ਕਿ 20 ਦਿਨ 22 ਦਿਨ ਹੋ ਗਏ ਦਰਬਾਰ ਸਾਹਿਬ ਬੇਅਦਬੀ ਘਟਨਾ ਹੋਈ ਨੂੰ। 2 ਦਿਨ ਦਾ ਟਾਈਮ ਲਿਆ ਸੀਗਾ ਸਿੱਟ 'ਚ ਰਿਪੋਰਟ ਦੇਣ ਦਾ ਲਈ। ਬਾਇਓਮੈਟ੍ਰਿਕ ਦਾ ਜ਼ਮਾਨਾ ਹੈ, ਫਿੰਗਰਪ੍ਰਿੰਟਸ ਦਾ ਜ਼ਮਾਨਾ ਹੈ, ਅਤੇ ਅੱਜ 22 ਦਿਨਾਂ ਬਾਅਦ ਉਹ ਆਦਮੀ ਦੀ ਪਹਿਚਾਣ ਹੀ ਨਾ ਹੋਈ ਹੋਵੇ ਕਿ ਉਹ ਮੁੰਡਾ ਆਇਆ ਕਿੱਥੋਂ, ਕਿਹਨੇ ਭੇਜਿਆ, ਕਿਹਨੇ ਕਰਵਾਇਆ। ਅਤੇ ਐਸੀਆਂ ਚੀਜ਼ਾਂ ਤਾਂ ਪਹਿਲਾਂ ਹੁੰਦੀਆਂ ਰਹੀਆਂ ਨੇ, ਅਤੇ ਉਹ ਚਾਹੇ 1975 ਵਾਲੀਆਂ ਗੱਲਾਂ ਕਰ ਲਈਏ, 80 ਦਸ਼ਕ ਦੀਆਂ ਕਰ ਲਈਏ, ਅਹੀਆਂ ਜਿਹੀਆਂ ਆਗਾਂ ਲਾ ਕੇ ਪੰਜਾਬ ਦਾ ਮਾਹੌਲ ਖਰਾਬ ਕੌਣ ਕਰਾਉਂਦੇ ਰਹੇ ਨੇ? ਪੰਜਾਬ ਦੇ ਲੋਕ ਪੁਰਾਣੇ ਜਾਣਦੇ ਨੇ, ਅਤੇ ਅੱਜ ਕਾਂਗਰਸ ਪਾਰਟੀ ਦੀ ਸਰਕਾਰ ਹੈ, ਅਤੇ ਕਾਂਗਰਸ ਪਾਰਟੀ ਨੇ ਹੀ ਨੰਗੇ ਕਰਨੇ ਸੀ। ਜੇ ਕਾਂਗਰਸ ਪਾਰਟੀ ਜਵਾਬ ਨਹੀਂ ਦੇ ਪਾ ਰਹੀ ਕਿ ਦਰਬਾਰ ਸਾਹਿਬ 'ਚ ਇੱਡੀ ਵੱਡੀ ਘਟਨਾਵਾਂ ਹੋ ਗਈ, ਅਤੇ ਉਹਦਾ ਬੰਦਾ ਹੀ ਨਾ ਟਰੇਸ ਹੋਵੇ, ਅੱਗੇ ਸਾਜਿਸ਼ ਦੀ ਤੋਂ ਮਾਰੋ ਗੋਲੀ, ਕਿਹਨੇ ਕੀਤੀ ਕਿਹਨੇ ਕਰਾਈ, ਇਹ ਬੰਦੇ ਦਾ ਹੀ ਨਹੀਂ ਪਤਾ ਲੱਗਿਆ ਹੋਇਆ। ਕਾਲੀ 'ਚ ਉਹਦਾ ਸੰਸਕਾਰ ਕਰਤਾ, ਉਂਗਲ ਵੱਢ ਕੇ ਰੱਖ ਲਈ, ਕੋਈ ਟਰੇਸ ਹੋ ਗਿਆ ਦੇਖੀ ਜਾਓ, ਅਤੇ ਕਿੰਨੀ ਨੌਨ ਸੀਰੀਅਸਨੈਸ ਹੈ। ਅਤੇ ਉਦੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਵੱਧਦੀਆਂ ਜਾਣ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਨੂੰ ਅੱਗ ਲਾਉਣਾ ਚਾਹੀਦੀ ਹੈ ਦੁਬਾਰਾ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ। ਮੈਂ ਜ਼ਿਕਰ ਇਸ ਕਰਕੇ ਕਰਦਾ ਕਿਉਂਕਿ ਅਹੀਆਂ ਜਿਹੀਆਂ ਹਰਕਤਾਂ ਵਾਂ ਆਮ ਆਦਮੀ ਪਾਰਟੀ ਜਦੋਂ ਦੀ ਸਿਆਸਤ 'ਚ ਆਈ ਹੈ, ਕਿਸੇ ਦੇ ਸ਼ਾਹੀ ਸਿੱਟਣਾ, ਜੁੱਤੀ ਸਿੱਟਣਾ, ਕਿਉਂਕਿ ਉਹਨਾਂ ਦੇ MLA 'ਤੇ ਵੀ ਦੋਸ਼ ਲੱਗੇ ਸੀ ਕੁਰਾਨ ਦੀ ਬੇਅਦਬੀ ਦੇ ਕਰਾਉਣ ਦੇ ਲੱਗੇ ਸੀ ਕਿ ਉੱਥੋਂ ਬੰਦਾ ਭੇਜਿਆ ਗਿਆ ਸੀ। ਸੋ ਅਹੀਆਂ ਜਿਹੀਆਂ ਘਟਨਾਵਾਂ ਇਹਨਾਂ ਦੇ ਕਾਲ ਦੇ ਵਿੱਚ ਸ਼ੁਰੂ ਹੋਈਆਂ। ਜਿਹੜੀ BJP ਹੈ ਜਾਂ ਬਾਕੀ ਆ, ਉਹ ਧਰਮਾਂ ਦਾ ਸਤਿਕਾਰ ਕਰਦੀ ਹੈ, ਠੀਕ ਹੈ, ਚਾਹੇ ਉਹ ਸਿੱਖ ਕੌਮ ਹੋਵੇ ਚਾਹੇ ਉਹ ਹਿੰਦੂ ਧਰਮ ਦੀ ਹੋਵੇ, ਉਹ ਇਹੀਆਂ ਚੀਜ਼ਾਂ ਨਹੀਂ ਕਰਵਾ ਸਕਦੀ। ਕਿਉਂਕਿ ਧਾਰਮਿਕ ਲੋਕ ਜਿਹੜੇ ਹੁੰਦੇ ਨੇ ਉਹ ਇਹੀਆਂ ਜਾਂ ਬੇਅਦਬੀਆਂ ਨਹੀਂ ਕਰਾ ਸਕਦੇ। ਜਿਹੜੇ ਨੌਨ ਸੀਰੀਅਸ ਅਤੇ ਸੱਤਾ ਪ੍ਰਾਪਤੀ ਲਈ ਕੁਝ ਵੀ ਕਰ ਸਕਦੇ ਨੇ, ਉਹ ਇਹ ਲੋਕ ਇਹ ਜੇ ਕਾਰੇ ਕਰਵਾਉਂਦੇ ਨੇ। ਚਲੋ, ਕਾਫੀ ਅਹਿਮ ਸਵਾਲਾਂ ਤੁਸੀਂ ਸਾਡੇ ਨਾਲ ਜਵਾਬ ਸਾਂਝੇ ਕੀਤੇ, ਵਿਚਾਰ ਸਾਂਝੇ ਕੀਤੇ, ਅਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਥੈਂਕ ਯੂ। ਅਤੇ ਹੁਣ ਵੇਖਦੇ ਹਾਂ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਸਿਆਸਤ ਤਾਂ ਗਰਮਾਈ ਹੋਈ ਆ, ਪਰ ਇਹਦਾ ਸਿਆਸੀ ਮੁੱਦਾ ਚੋਣਾਂ ਤੱਕ ਇਹੀ ਰਹਿੰਦਾ ਹੈ, ਜਾਂ ਜਿਹੜੇ ਬੇਅਦਬੀ ਦੇ ਮਸਲੇ ਨੇ ਜਾਂ ਹੋਰ ਵੀ ਕਈ ਮਸਲੇ ਨੇ ਉਹਨਾਂ ਦਾ ਵੀ ਹੱਲ ਹੋ ਪਾਉਂਦਾ? ਮੈਂ ਸੁਨੀਲ ਕੁਮਾਰ, ਕੈਮਰਾਮੈਨ ਅਮਨਦੀਪ ਦੇ ਨਾਲ, ਜਗਬਾਣੀ TV ਚੰਡੀਗੜ੍ਹ।